2018 ਨੂੰ ਚੜੇ ਅੱਜ 4 ਮਹੀਨੇ ਹੋ ਚੁੱਕੇ ਨੇ ਜੇ ਮੈਂ ਇਸ ਸਾਲ ਦੀ ਗੱਲ ਕਰਾਂ ਬਾਲੀਵੁੱਡ ਦੇ ਰਿਕਾਰਡ ਦੇ ਵਿੱਚ ਤੇ ਇਹ ਸਾਲ ਬਾਲੀਵੁੱਡ ਲਈ ਬਹੁਤ ਵਧੀਆ ਚੱਲ ਰਿਹਾ ਹੈ ਜੇ ਮੈਂ ਪਾਰਟਿਕੂਲਰ ਕਿਸੇ ਸਟਾਰਸ ਦੇ ਬਾਰੇ ਗੱਲ ਕਰਾਂ ਤਾਂ ਅਨੁਸ਼ਕਾ ਸ਼ਰਮਾ ਵਰੁਣ ਧਵਨ ਆਲਿਆ ਭੱਟ ਬਹੁਤ ਸਾਰੇ ਸਿਤਾਰੇ ਬਹੁਤ ਸਾਰੀ ਨਵੀਆਂ ਨਵੀਆਂ ਮੂਵੀਜ਼ ਸਾਈਨ ਕਰ ਰਹੇ ਨੇ ਲੇਕਿਨ ਇੱਕ ਸਿਤਾਰਾ ਹੈ ਜਿਹਦੇ ਲਈ 4 ਮਹੀਨੇ ਬਹੁਤ ਵਧੀਆ ਚੱਲ ਰਹੇ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਸ਼ਾਹਿਦ ਕਪੂਰ ਦੀ ਸਭ ਤੋਂ ਪਹਿਲੇ ਜਨਵਰੀ 'ਚ ਆਈ ਉਹਨਾਂ ਦੀ ਪਦਮਾਵਤ ਜਿਹਨੇ ਸਾਰੇ ਰਿਕਾਰਡ ਤੋੜ ਦਿੱਤੇ ਫਿਰ ਉਹਨਾਂ ਦੇ ਭਰਾ ਸ਼ਾਹ ਆਈ ਬਿਯੋਂਡ ਦ ਕਲਾਊਡਸ ਤੇ ਹੁਣ ਇੱਕ ਨਵੀਂ ਗੁੱਡ ਨਿਊਜ਼ ਆਈ ਹੈ ਸ਼ਾਹਿਦ ਕਪੂਰ ਦੇ ਘਰ ਤੋਂ ਉਹ ਹੈ ਕਿ ਸ਼ਾਹਿਦ ਕਪੂਰ ਬਣਨ ਜਾ ਰਹੇ ਨੇ ਡੈਡੀ ਜੀ ਹਾਂ ਸ਼ਾਹਿਦ ਕਪੂਰ ਬਣਨਗੇ ਦੂਸਰੀ ਵਾਰੀ ਪਿਤਾ ਸ਼ਾਹਿਦ ਕਪੂਰ ਨੇ ਖੁਦ ਅਨਾਉਂਸ ਕੀਤਾ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਹ ਚੈੱਕ ਕਰੋ ਮਹਾਰਾਵਲ ਰਤਨ ਸਿੰਘ ਦੇ ਘਰ ਇੱਕ ਹੋਰ ਬੇਬੀ ਆ ਰਿਹਾ ਤੇ ਜਸ਼ਨ ਤਾਂ ਮਨਾ ਹੀ ਜਾਣਗੇ ਵੀ ਵਿਸ਼ ਸ਼ਾਹਿਦ ਕਪੂਰ ਦੀ ਫੈਮਿਲੀ ਨੂੰ ਕੰਗ੍ਰੈਚੁਲੇਸ਼ਨਸ ਪੂਰੀ ਖਬਰ ਪੜ੍ਹਨ ਲਈ ਜਾਓ gabruu.com ਤੇ ਔਸਮ ਵੀਡੀਓਜ਼ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਮੈਂ ਤੁਹਾਨੂੰ ਮਿਲਾਂਗਾ ਅਗਲੀ ਖਬਰ ਦੇ ਨਾਲ gabruu.com ਪੰਜਾਬ ਦਾ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ